ਕਿਸੇ ਦੇ ਅੱਗੇ ਜੈ ਮਾਤਾ ਗੁਰਦਾਸ ਮਾਨ ਜੀ ਨੇ ਇਹੀ ਗੱਲ ਕਹੀ ਹੈ। ਬੜੀ ਅੱਛੀ ਰਚਨਾ ਲਿਖਦੇ ਨੇ, ਬੜੇ ਅੱਛੇ ਸ਼ਾਇਰ ਨੇ। ਉਹ ਕਹਿੰਦੇ ਬਾਕੀ ਦੀਆਂ ਗੱਲਾਂ ਛੱਡੋ, ਜਿਹੜੇ ਸਾਫ ਹੋਣਾ ਚਾਹੀਦਾ। ਉਧਰ ਚਮਨਲਾਲ ਜੀ ਮਹਾਰਾਜ ਜੀ ਲਿਖਦੇ ਨੇ ਮਾਤਾ ਦੇ ਦਰਬਾਰ ਜਾ ਰਹੇ ਕਿ ਪਹਿਲੀ ਸ਼ਬਦ ਜੀ ਲਿਖਦੇ ਬੜੇ ਪਿਆਰ ਨਾਲ ਕਹਿ ਰਹੇ ਪਹਿਲਾ
ਕਈ ਗੁਣ ਸਾਹਿਬ ਤੇ ਰਚਨਾਗੜ ਪਦਮ ਦੀ ਰਾਣੀ ਬੈਠੀ ਹੈ ਕਿ ਅਜੇ ਜੈ ਮਾਤਾ ਜੀ ਜੋ ਵੀ ਬੋਲੋ ਜੈ ਮਾਤਾ ਸਾਰਾ ਪਰਮ ਨਿਕਲ ਜਾਏਗਾ ਤੇ ਅੱਗੇ ਜਾ ਕੇ ਸੁਧ ਗੁਫਾ ਆ ਜਾਏ ਜਿਸ ਮਹਾਰਾਣੀ ਬੈਠੀ ਹੈ ਦੇਖੀ